साउथ एशियन मीडिया ग्रुप वाई मीडिया। इंडिया ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਬਿਜ਼ਨਸ ਪਰਸਨ ਕੌਣ ਹੈ? ਇਹਦੇ ਵਿੱਚ ਜੇ ਤੁਸੀਂ ਨਾਮ ਲੈ ਰਹੇ ਹੋ ਕਿ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਮੁਕੇਸ਼ ਅੰਬਾਨੀ ਹੈ, ਤਾਂ ਤੁਸੀਂ ਕੁਝ ਦੇਰ ਪਹਿਲਾਂ ਤੱਕ ਤਾਂ ਠੀਕ ਸੀਗੇ, ਲੇਕਿਨ ਹੁਣ ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀਜ਼ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਹੈਗਾ ਗੌਤਮ ਅਦਾਨੀ ਨੇ। ਗੌਤਮ ਅਦਾਨੀ ਹੁਣ ਇੰਡੀਆ ਦੇ ਸਭ ਤੋਂ ਜ਼ਿਆਦਾ ਅਮੀਰ ਆਦਮੀ ਹੋ ਗਏ ਨੇ। ਉਨ੍ਹਾਂ ਕੋਲ ਹੁਣ ਟੋਟਲ ਜਿਹੜੇ ਨੈੱਟ ਵਰਥ ਹੈਗੀ ਆ ਗੌਤਮ ਅਦਾਨੀ ਦੀ, ਉਹ ਤਕਰੀਬਨ 11.5 ਲੱਖ ਕਰੋੜ ਦੇ ਆਸ ਪਾਸ ਹੋ ਗਈ ਹੈ। ਸੋ 11.6 ਲੱਖ ਕਰੋੜ ਟੂ ਬੀ ਪ੍ਰਸਾਈਜ਼ ਗੌਤਮ ਅਦਾਨੀ। ਯਾਦ ਰਹੇ ਕਿ ਹਿੰਡਨਬਰਗ ਦੀ ਜਿਹੜੀ ਰਿਪੋਰਟ ਆਈ ਸੀ ਉਹਦੇ ਕਾਰਨ ਇੱਕ ਸਮੇਂ ਐਸੇ ਸੀਗਾ ਕਿ ਗੌਤਮ ਅਦਾਨੀ ਹੁਣਾਂ ਦੀ ਜਿਹੜੀ ਵੈਲਥ ਸੀਗੀ ਉਹ ਬਹੁਤ ਜ਼ਿਆਦਾ ਘੱਟ ਗਈ ਸੀਗੀ। ਦੁਬਾਰਾ ਤੋਂ ਫਿਰ ਹਿੰਡਨਬਰਗ ਦੀ ਇਸ ਵਾਰ ਰਿਪੋਰਟ ਆਈ ਹੈ, ਪਰ ਇਸ ਵਾਰ ਗੌਤਮ ਅਦਾਨੀ ਨੂੰ ਕੁਝ ਜ਼ਿਆਦਾ ਨੁਕਸਾਨ ਜਿਹੜਾ ਉਹ ਨਹੀਂ ਹੋਇਆ। ਜਿਹਦੇ ਚਲਦਿਆਂ ਗੌਤਮ ਅਦਾਨੀ ਦੀ ਜਿਹੜੀ ਟੋਟਲ ਨੈਟਵਰਥ ਆ 95% ਵਧੀ ਹੈ, ਬਲਕਿ 95% ਪਿਛਲੇ ਕੁਝ ਸਮੇਂ ਚ ਵਧੀ ਹੈ। ਜਿਹਦੇ ਚਲਦਿਆਂ ਗੌਤਮ ਅਦਾਨੀ ਰਿਚੈਸਟ ਇੰਡੀਅਨ, ਸਭ ਤੋਂ ਅਮੀਰ ਆਦਮੀ, 11.6 ਲੱਖ ਕਰੋੜ 11.5 ਲੱਖ ਕਰੋੜ ਦੇ ਆਸ ਪਾਸ ਉਹਨਾਂ ਦੀ ਨੈਟ ਐਸੈਟਸ ਨੇ। ਮੁਕੇਸ਼ ਅੰਬਾਨੀ ਹਜੇ ਵੀ ਦੂਸਰੇ ਨੰਬਰ ਦੇ ਉੱਤੇ ਹੈਗੇ ਨੇ, ਹਾਲਾਂਕਿ ਮੁਕੇਸ਼ ਅੰਬਾਨੀ ਦੀ ਵੀ ਜਿਹੜੀ ਓਵਰਆਲ ਨੈਟਵਰਥ ਆ ਉਹ 25% ਪਿਛਲੇ ਕੁਝ ਸਮੇਂ ਚ ਵਧੀ ਹੈ। ਸੋ 10.5 ਲੱਖ ਕਰੋੜ ਦੇ ਆਸ ਪਾਸ ਜਿਹੜੀ ਹੈਗੀ ਆ ਉਹ ਮੁਕੇਸ਼ ਅੰਬਾਨੀ ਹੈਗੇ ਨੇ ਦੂਸਰੇ ਨੰਬਰ ਤੇ। ਤੀਸਰੇ ਨੰਬਰ ਦੇ ਉੱਤੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਆ ਸ਼ਿਵ ਨਾਦਰ ਹੈਗੇ ਨੇ। ਸ਼ਿਵ ਨਾਦਰ ਜਿਹਨਾਂ ਦੀ ਕਿ ਫੈਮਿਲੀ HCL ਓਨ ਕਰਦੀ ਹੈਗੀ ਹੈ, ਸੋ ਉਹ ਇੰਡੀਆ ਦੇ ਵਿੱਚ ਤੀਸਰੇ ਸਭ ਤੋਂ ਅਮੀਰ ਆਦਮੀ ਹੈ। ਉਹਨਾਂ ਦੀ ਨੈੱਟਵਰਥ ਤਕਰੀਬਨ 3.25 ਲੱਖ ਕਰੋੜ ਦੇ ਆਸ ਪਾਸ ਹੈ, ਟੂ ਬੀ ਪ੍ਰਸਾਈਜ਼ 3.14 ਲੱਖ ਕਰੋੜ। ਵੈਕਸੀਨੇਸ਼ਨ ਦੇ ਕਾਰਨ ਕਾਫੀ ਫਾਇਦਾ ਹੋਇਆ ਸਿਰਮ ਇੰਸਟੀਟਿਊਟ ਨੇ, ਔਰ ਇਹਦਾ ਫਾਇਦਾ ਹੋਇਆ ਸਾਇਰਸ ਪੂਨਾਵਾਲਾ ਨੂੰ। ਸਾਇਰਸ ਪੂਨਾਵਾਲਾ ਸਿਰਮ ਇੰਸਟੀਟਿਊਟ ਤੋਂ, ਜਿਨ੍ਹਾਂ ਨੇ ਵੈਕਸੀਨਸ ਬਣਾਈਆਂ ਸੀਗੀਆਂ, ਉਹ ਚੌਥੀ ਪੋਜੀਸ਼ਨ ਤੇ ਹੈਗੇ ਆ, ਔਰ ਉਹਨਾਂ ਦੀ ਨੈੱਟਵਰਥ ਇਸ ਵੇਲੇ 2.89 ਲੱਖ ਕਰੋੜ ਹੈ, ਲਗਭਗ 3.25 ਲੱਖ ਕਰੋੜ ਦੇ ਆਸ ਪਾਸ ਹੈ। ਇਸ ਤੋਂ ਇਲਾਵਾ ਸਨ ਫਾਰਮਾਸੂਟੀਕਲ ਦੇ ਦਿਲੀਪ ਸਾਂਗਵੀ ਜਿਹੜੇ ਨੇ ਉਹ ਇੰਡੀਆ ਦੇ 5ਵੇਂ ਸਭ ਤੋਂ ਅਮੀਰ ਆਦਮੀ ਹੈਗੇ ਨੇ। ਪਿਛਲੇ ਸਾਲ 6ਵੇਂ ਨੰਬਰ ਤੇ ਸੀਗੇ, ਇਸ ਸਾਲ 1 ਪਾਇਦਾਨ ਉੱਪਰ ਚਲੇ ਗਏ ਨੇ। ਸੋ 2.5 ਲੱਖ ਕਰੋੜ ਦੀ ਉਹਨਾਂ ਦੀ ਨੈੱਟਵਰਥ ਹੈ। ਇਸ ਤੋਂ ਬਾਅਦ ਹੈਗੇ ਨੇ ਰਾਧਾ ਬਿੰਬੂ, ਜ਼ੋਹੋ ਗਰੁੱਪ ਦੇ ਮਾਲਕ ਨੇ, ਔਰ ਰਾਧਾ ਜਿਹੜੀ ਨੇ ਸ਼ੀ ਇਜ਼ ਅ ਸੈਲਫ ਮੇਡ ਵੂਮਨ। ਐਸਾ ਨਹੀਂ ਹੈ ਕਿ ਰਾਧਾ ਬਿੰਬੂ ਉਹਨਾਂ ਨੂੰ ਕੋਈ ਉਹਨਾਂ ਦੇ ਪੇਰੈਂਟਸ ਵੱਲੋਂ ਕੋਈ ਜਾਇਦਾਦ ਮਿਲੀ ਹੈ। ਰਾਧਾ ਇਹਨਾਂ ਨੇ ਮਹਿਲਾ ਬਿਜ਼ਨਸ ਪਰਸਨ ਹੈਗੇ ਨੇ, ਔਰ ਸਾਰੇ ਜਿਹੜਾ ਪੈਸਾ ਇਹਨਾਂ ਨੇ ਖੁਦ ਹੀ ਬਣਾਇਆ। ਸੋ ਤਕਰੀਬਨ 47,500 ਕਰੋੜ ਦੀ ਇਹਨਾਂ ਦੀ ਨੈੱਟਵਰਥ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਆ ਜ਼ੈਪਟੋ ਦੇ ਜਿਹੜੇ ਕੋ ਫਾਊਂਡਰਸ ਨੇ ਕਵਿਲਿਆ ਬੋਰਾ ਔਰ ਆਦਿਤ ਪਲੀਚਾ, ਹਜੇ ਸਿਰਫ ਆਪਣੇ 20s ਦੇ ਵਿੱਚ ਹੀ ਹੈਗੇ ਨੇ, ਉਹਨਾਂ ਦੀ ਉਮਰ ਹਜੇ 30 ਸਾਲ ਵੀ ਨਹੀਂ ਹੈਗੀ, ਔਰ ਇੰਡੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਦੇ ਵਿੱਚ ਇਹ ਯੰਗੈਸਟ ਨੇ। ਦੋਨੋਂ 20s ਦੇ ਵਿੱਚ ਹੈਗੇ ਨੇ। ਸੋ ਕਾਇਲਾ ਬੋਰਾ ਔਰ ਆਦਿਤ ਪਲੀਚਾ ਇਹਨਾਂ ਦੀ ਜਿਹੜੀ ਨੈੱਟਵਰਥ ਹੈਗੀ ਆ ਉਹ ਤਕਰੀਬਨ 3600 ਕਰੋੜ ਰੁਪਏ ਹੈਗੀ ਆ ਕਾਇਲਾ ਦੀ, ਔਰ ਕਾਇਲਾ ਬੋਰਾ ਦੀ ਔਰ ਆਦਿਤ ਪਲੀਚਾ ਦੀ ਤਕਰੀਬਨ 4300 ਕਰੋੜ ਰੁਪਏ ਹੈ। ਇੱਥੇ ਅਸੀਂ ਦੱਸ ਦਈਏ ਕਿ ਜਿਹੜੀ ਇੰਡੀਆ ਦੇ ਵਿੱਚ ਜਿਹੜੇ ਸਭ ਤੋਂ ਅਮੀਰ ਲੋਕ ਨੇ ਉਹਨਾਂ ਦੀ ਜਿਹੜੀ ਵੈਲਥ ਹੈਗੀ ਆ ਉਹ 1000 ਕਰੋੜ ਰੁਪਏ ਜਿਹੜੀ ਹੈ ਉਹ ਵਧੀ ਹੈ। ਔਰ ਇੰਡੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਸ਼ਾਹਰੁਖ ਖਾਨ ਦਾ ਨਾਮ ਵੀ ਹੁਣ ਇਹਦੇ ਵਿੱਚ ਸ਼ਾਮਿਲ ਹੈਗਾ। ਇਹਦੇ ਵਿੱਚ ਸ਼ਾਹਰੁਖ ਖਾਨ ਦੀ ਜੇ ਅਸੀਂ ਨੈੱਟਵਰਕ ਦੀ ਗੱਲ ਕਰੀਏ ਕਿ ਆਖਿਰਕਾਰ ਸ਼ਾਹਰੁਖ ਖਾਨ ਕੋਲ ਕਿੰਨਾ ਪੈਸਾ ਹੈ, 7300 ਕਰੋੜ ਰੁਪਿਆ ਸ਼ਾਹਰੁਖ ਖਾਨ ਦੀ ਨੈੱਟਵਰਕ ਦੱਸੀ ਜਾ ਰਹੀ ਹੈਗੀ ਹੈ। ਐਕਟਰਸ ਦੇ ਵਿੱਚੋਂ ਉਹਨਾਂ ਦੇ ਬਿਜ਼ਨਸ ਪਾਰਟਨਰ ਵੀ ਹੈਗੇ ਨੇ ਰੈੱਡ ਚਿਲੀਜ਼ ਮੂਵੀਜ਼ ਦੇ ਵਿੱਚ, ਜੂਹੀ ਚਾਵਲਾ
ਜੂਹੀ ਚਾਵਲਾ ਜਿਹੜੀ ਹੈ ਐਕਟਰਸ ਦੇ ਵਿੱਚ ਬਹੁਤ ਅਮੀਰ ਦੱਸੀ ਜਾ ਰਹੀ ਹੈ। ਦੂਸਰੇ ਨੰਬਰ ਤੇ ਉੱਤੇ ਜੂਹੀ ਚਾਵਲਾ ਦੀ ਜਿਹੜੀ ਨੈਟਵਰਕ ਆ ਉਹ 4600 ਕਰੋੜ ਰੁਪਇਆ ਦੱਸੀ ਜਾ ਰਹੀ ਹੈ। ਔਰ ਜਿੱਥੇ ਐਂਟਰਟੇਨਮੈਂਟ ਇੰਡਸਟਰੀ ਚ ਸ਼ਾਹਰੁਖ ਖਾਨ 7300 ਕਰੋੜ ਦਾ ਨੰਬਰ 1, ਜੂਹੀ ਚਾਵਲਾ ਨੰਬਰ 2 ਤੇ ਨੇ 4600 ਕਰੋੜ ਦੇ ਨਾਲ। ਅਸੀਂ ਦੱਸ ਦਈਏ ਕਿ ਇਸ ਲਿਸਟ ਦੇ ਵਿੱਚ ਬਹੁਤ ਸਾਰੇ ਪ੍ਰੋਫੈਸ਼ਨਲ ਜਿਹੜੇ ਨੇ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਸ਼ਾਮਿਲ ਹੈ, ਹਾਲਾਂਕਿ ਉਹਨਾਂ ਦਾ ਆਪਣਾ ਕੋਈ ਬਿਜ਼ਨਸ ਨਹੀਂ ਹੈਗਾ, ਲੇਕਿਨ ਉਹ ਕਿਸੇ ਨਾ ਕਿਸੇ ਵਧੀਆ ਕੰਪਨੀ ਦੇ ਵਿੱਚ ਵਧੀਆ ਪੋਜੀਸ਼ਨ ਦੇ ਉੱਤੇ ਬਰਕਰਾਰ ਨੇ। ਸੋ 16 ਪ੍ਰੋਫੈਸ਼ਨਲ ਜਿਨ੍ਹਾਂ ਦਾ ਆਪਣਾ ਕੋਈ ਬਿਜ਼ਨਸ ਨਹੀਂ ਹੈ ਲੇਕਿਨ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ, ਜਿਸ ਤਰ੍ਹਾਂ ਕਿ ਜੈਸ਼੍ਰੀ ਉਲਾਲ ਜਿਹੜੀ ਕਿ ਇਸ ਸਮੇਂ ਚੀਫ ਐਗਜ਼ੀਕਟਿਵ ਨੇ ਅਰਿਸਟਾ ਨੈਟਵਰਕਸ ਦੇ ਵਿੱਚ। ਜੈਸ਼੍ਰੀ ਉਲਾਲ ਜਿਹੜੀ ਆ ਉਹ 3200 ਕਰੋੜ ਰੁਪਇਆ ਦੀ ਨੈਟਵਰਕ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਡੀ ਮਾਰਟ ਦੇ ਜਿਹੜੀ ਚੀਫ ਐਗਜ਼ੀਕਟਿਵ ਆਫਿਸਰ ਨੇ ਇਗਨੈਟੀਅਸ ਨਵੈਲ, ਉਹ 69 ਕਰੋੜ ਦੇ ਮਾਲਿਕ ਨੇ। ਗੇਰਾ ਡਿਵੈਲਪਮੈਂਟਸ ਦੇ ਕੁਮਾਰ ਪ੍ਰੀਤਮ ਦਾਸ ਗੇਰਾ, ਉਹਨਾਂ ਦੀ ਵੈਲਥ ਜਿਹੜੀ ਹੈ ਉਹ ਵੀ ਬੜੀ ਤੇਜ਼ੀ ਨਾਲ ਵਧੀ ਹੈ। ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।